ਬਾਹਰ ਨਿਕਲ ਕੇ ਮਾਵਾਂ ਭੈਣਾਂ ਛੋਟੇ ਬੱਚੇ ਸਤਿਕਾਰਯੋਗ ਬਜ਼ੁਰਗ ਨੌਜਵਾਨ ਵੀਰ ਮਾਨ ਸਨਮਾਨ ਦੇ ਰਹੇ ਹੋ ਸਿਰ ਮੱਥੇ ਇਸ ਪਿਆਰ ਦੀ ਇਸ ਫੁੱਲ ਦੀ ਕੋਈ ਕਿਸੇ ਕਰੰਸੀ ਚ ਕੋਈ ਕੀਮਤ ਨਹੀਂ। ਬਹੁਤ ਸਾਰੇ ਲੀਡਰ ਤਰਸਦੇ ਫਿਰਦੇ ਸਾਨੂੰ ਪਬਲਿਕ ਫੁੱਲਾਂ ਦੇ ਹਾਰ ਪਾ ਦੇ, ਨਹੀਂ ਪਾਉਂਦੇ ਲੋਕ ਕਿਉਂਕਿ ਉਹਨਾਂ ਨੇ ਲੋਕਾਂ ਨਾਲ ਧੋਖੇ ਕੀਤੇ ਆ। ਬਹੁਤ ਵਾਰੀ ਹਾਰ ਪਾਏ ਸੀ, ਫੁੱਲਾਂ ਦੇ ਹਾਰ ਪਾਏ ਸੀ, 25-25 ਸਾਲ ਪਾਏ ਸੀ, 30-30 ਸਾਲ ਉਹਨਾਂ ਦੇ ਫੁੱਲਾਂ ਦੇ ਹਾਰ ਪਾਏ ਸੀ, ਪਰ ਉਹਨਾਂ ਨੇ ਪਬਲਿਕ ਵੱਲ ਧਿਆਨ ਨਹੀਂ ਦਿੱਤਾ ਤੇ ਲੋਕਾਂ ਨੂੰ ਇੱਕ ਇਸਤੇਮਾਲ ਕਰਨ ਵਾਲੀ ਚੀਜ਼ ਸਮਝਿਆ ਤੇ ਅੱਜ ਉਹ ਤਰਸਦੇ ਨੇ ਸਾਡੇ ਫੁੱਲਾਂ ਦੇ ਹਾਰ ਪਾ ਦੋ, ਲੋਕ ਛੇਤਰਾਂ ਦੇ ਹਾਰ ਚੱਕੀ ਕਰਦੇ। ਸੋ ਅੱਜ ਮੈਂ ਤੁਹਾਡੇ ਕੋਲ ਆਇਆ, ਆਹ ਜਿਹੜੀ ਸੀਟ ਹੈ ਜਲੰਧਰ ਦੀ, ਜੇ ਅਸੀਂ ਜਿੱਤ ਜਾਈਏ ਤੇ ਜੇ ਹੋਰ ਜਿੱਤ ਜਾਣਾ ਫਰਕ ਦੱਸ ਦੇਣਾ, ਇਹਦੇ ਨਾਲ ਨਾ ਤਾਂ ਸਰਕਾਰ ਟੁੱਟਦੀ ਹੈ ਨਾ ਸਰਕਾਰ ਬਣਦੀ ਹੈ ਕਿਸੇ ਹੋਰ ਦੀ, ਪਰ ਇਹਦੇ ਨਾਲ ਤੁਹਾਡਾ ਜੇ ਜਿਤਾਓਗੇ ਤਾਂ ਤੁਹਾਡਾ ਸਰਕਾਰ ਚ ਹਿੱਸਾ ਪੈਂਦਾ, ਤੁਸੀਂ ਸਰਕਾਰ ਦੇ ਪਾਰਟਨਰ ਬਣੋਗੇ ਤੇ ਫਿਰ ਜਦੋਂ ਅੱਜ ਭਗਤ ਮਹਿੰਦਰ ਭਗਤ ਜੀ ਜ਼ੋਰਦਾਰ ਤਾੜੀਆਂ ਨਾਲ ਸਵਾਗਤ, ਤੁਸੀਂ ਇਹਨਾਂ ਨੂੰ ਵਿਧਾਨ ਸਭਾ ਦੀਆਂ ਪੌੜੀਆਂ ਚੜਾ ਦੋ, ਉਸ ਤੋਂ ਅੱਗੇ ਮੰਤਰਾਲੇ ਵਾਲੀਆਂ ਪੌੜੀਆਂ ਚੜਾਉਣਾ ਕੰਮ ਮੇਰਾ। ਕਿਉਂਕਿ ਜਦੋਂ ਇਹਨਾਂ ਕੋਲੇ ਕਲਮ ਮਿਲੂਗੀ, ਜਦੋਂ ਇਹਨਾਂ ਕੋਲੇ ਤੁਹਾਡੀਆਂ ਗਲੀਆਂ ਨਾਲੀਆਂ ਸੀਵਰੇਜ ਆ, ਤੁਹਾਡੇ ਜਿੰਨੇ ਵੀ ਲੋਕਲ ਮਸਲੇ ਨੇ ਉਹਨਾਂ ਨੂੰ ਹੱਲ ਕਰਾਉਣ ਦੀ ਕਲਮ ਮਿਲੂਗੀ, ਤਾਂ ਉਹ ਮਸਲੇ ਹੱਲ ਹੋਣਗੇ। ਸੋ ਮੈਂ ਤੁਹਾਡੇ ਕੋਲੇ ਆਇਆ, ਤੁਸੀਂ ਪਹਿਲਾਂ ਵੀ ਸਾਨੂੰ ਵੋਟਾਂ ਪਾਈਆਂ ਸੀ, ਤੁਸੀਂ 2 ਸਾਲ ਪਹਿਲਾਂ ਜਲੰਧਰ ਵੈਸਟ ਤੋਂ ਬੰਦਾ ਜਿਤਾਇਆ ਸੀ, ਪਰ ਹੁਣ ਮੈਂ ਕੀ ਕਰਾਂ ਯਾਰ, ਬੰਦੇ ਹੀ ਹਜੇ ਨਿਕਲਿਆ ਕੀ ਕਰੀਏ, ਮੈਂ ਕੀ ਕਰਾਂ। ਤੁਸੀਂ ਸਾਲ ਪਹਿਲਾਂ ਇੱਕ ਹੋਰ ਜਿਤਾਇਆ ਸੀ, ਉੱਥੇ ਪਾਰਲੀਮੈਂਟ ਚ ਭੇਜਿਆ, ਮੇਰੇ ਗਿੱਟੇ ਸੁੱਜ ਗਏ ਰੋਡ ਸ਼ੋਅ ਕਰਦੇ ਦੇ, ਉਹ ਵੀ ਬੰਦਾ ਹਜੇ ਨਿਕਲਿਆ। ਪਰ ਪਰਮਾਤਮਾ ਕਈ ਵਾਰੀ ਨਾ, ਪਰਮਾਤਮਾ ਕੀ ਕਰਦਾ ਲੋਕਾਂ ਚ ਵਸਦਾ ਹੁੰਦਾ, ਪਰਮਾਤਮਾ ਕਈ ਵਾਰੀ ਕਹਿੰਦਾ ਯਾਰ ਦੋ ਗਲਤ ਬੰਦੇ ਮੈਥੋਂ ਕੁਰਸੀਆਂ ਤੇ ਬਹਿ ਗਏ, ਇਹਨਾਂ ਦੋਨਾਂ ਨੂੰ ਲਾਉਂਦੇ ਆ, ਇੱਕ ਤਾਂ ਵਿਹਲਾ ਹੋ ਗਿਆ, ਇੱਕ ਨੂੰ ਤੇਰਾ ਦੇਖ ਲਓ। ਇਲਜ਼ਾਮ ਲਾਈ ਜਾਂਦੇ ਆ ਮੇਰੇ ਤੇ, ਇਲਜ਼ਾਮ ਲਾਈ ਜਾਂਦੇ ਆ ਉਹ ਤੇਰੀ, ਉਹ ਮੈਂ ਕਿਹਾ ਜੇ ਪੈਸੇ ਕਮਾਉਣੇ ਹੁੰਦੇ, ਆ ਕਾਂਗਰਸੀ ਵੀ ਬੈਠੇ ਸੀ ਅੱਜ, ਭਗਵੰਤ ਮਾਨ ਭਗਵੰਤ ਮਾਨ, ਹੋਰ ਕੋਈ ਗੱਲ ਹੀ ਨਹੀਂ ਨਾ ਕੋਲ, ਹੁਣ ਤਾਂ ਭਗਵੰਤ ਮਾਨ ਵੀ ਕਹਿਣਾ, ਇਕੱਲੇ ਹੀ ਭਗਵੰਤ ਬਹਿਣ ਲੱਗ ਗਏ, ਕਿਉਂਕਿ ਸੁਪਨੇ ਚ ਮੈਂ ਹੀ ਆਉਂਦਾ ਨਾ ਉਹਨਾਂ ਦੇ। ਉਹ ਜੇ ਮੈਂ ਪੈਸੇ ਕਮਾਉਣੇ ਹੁੰਦੇ ਤਾਂ ਮੈਨੂੰ ਪਰਮਾਤਮਾ ਨੇ ਕਲਾ ਦਿੱਤੀ ਸੀ, ਮੈਂ 25-25 ਲੱਖ ਰੁਪਏ ਇੱਕ ਸ਼ੋਅ ਦਾ ਲੈਂਦਾ ਸੀ, ਬਾਹਰਲੇ ਮੁਲਕਾਂ ਚ ਮੈਂ 70-70 ਲੱਖ ਰੁਪਏ ਅੱਜ ਤੋਂ 20 ਸਾਲ ਪਹਿਲਾਂ ਲੈਂਦਾ ਸੀ ਇੱਕ ਸ਼ੋਅ ਦਾ,
ਮੈਂ ਪੈਸੇ ਕਮਾਉਣੇ ਹੁੰਦੇ ਉਧਰੋਂ ਕਮਾ ਲੈਂਦਾ, ਮੈਂ ਲੋਕਾਂ ਦੇ ਪੈਸੇ ਖਾਣੇ ਵਾਸਤੇ ਇੱਧਰ ਇਸ ਕੰਮ ਚ ਆਇਆ ਯਾਰ, ਕਮਾਲ ਕਰਦੇ ਹੋ। ਉਹ ਜਿੱਦਾਂ ਇੱਕ ਰੁਪਏ ਦਾ ਇਲਜ਼ਾਮ ਲੱਗ ਗਿਆ ਭਗਵੰਤ ਮਾਨ ਆਪ ਹੀ ਛੱਡ ਜੂਗਾ, ਤੁਸੀਂ ਫਿਕਰ ਨਾ ਕਰੋ। ਪਰ ਇਲਜ਼ਾਮ ਇਲਜ਼ਾਮ ਉਹ ਲਾਉਂਦੇ ਨੇ, ਇਲਜ਼ਾਮ ਉਹ ਲਾਉਂਦੇ ਨੇ ਜਿਨ੍ਹਾਂ ਦੇ ਬਾਪ ਸੋਨੇ ਦੇ ਬਿਸਕੁਟਾਂ ਦੀ ਸਮਗਲਿੰਗ ਕਰਦੇ ਰਹੇ ਪਾਕਿਸਤਾਨ ਵਾਲੇ ਪਾਸੇ। ਦੱਸੋ ਯਾਰ, ਉਹ ਅਸੀਂ ਤਾਂ ਠੀਕ ਕਰਨਾ ਆ, ਉਹ ਕੇਜਰੀਵਾਲ ਨੂੰ ਚੱਕ ਕੇ ਅੰਦਰ ਦੇਤਾ। ਇਲਜ਼ਾਮ ਕੀ ਹੈ? ਇੱਕ ਫਲਾਨੇ ਬੰਦੇ ਨੇ ਕਿਹਾ ਸੀ ਫਲਾਨੇ ਬੰਦੇ ਨੂੰ ਕਿ ਕੇਜਰੀਵਾਲ ਨੂੰ ਇੰਨੇ ਪੈਸੇ ਦੇ ਦੀ, ਕੋਈ ਸਬੂਤ ਨਹੀਂ। ਮੈਂ ਕਹਿ ਦਿੰਦਾ ਵੀ ਮੈਨੂੰ ਕਿਹਾ ਸੀ ਕਿਸੇ ਨੇ ਵੀ ਐਂ ਕਰਕੇ ਇਹਨੂੰ ਇੰਨੇ ਪੈਸੇ ਦੇ ਦੀ, ਇਹ ਸਬੂਤ ਬਣ ਗਿਆ? ਕੋਈ ਸਬੂਤ ਤਾਂ ਦੱਸੋ ਨਾ, ਬੋਲਣਾ ਹੀ ਹੈ। ਸੋ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਆ ਖੜਾ ਉਵੇਂ ਜਿਵੇਂ ਆ। ਜੇ ਕਰੋੜਾਂ ਰੁਪਈਆਂ ਦੇ ਘਪਲੇ ਕਰ ਲੈਂਦੇ ਉਹ ਛੁਪਦੇ ਨਹੀਂ ਹੁੰਦੇ, ਕਹਿੰਦੇ ਚੰਨ ਚੜਿਆ ਕਦੇ ਛੁਪਦੇ ਨਹੀਂ ਹੁੰਦੇ, ਇਹ ਲੱਗ ਜਾਂਦਾ ਪਤਾ। ਹੁਣ ਨੂੰ ਪਤਾ ਲੱਗ ਜਾਂਦਾ ਨਾ, ਮੇਰੇ ਤੇ ਇੱਕ ਰੁਪਈਏ ਦਾ ਇਲਜ਼ਾਮ ਨੀ, ਸਵਾ ਦੋ ਸਾਲ ਹੋ ਗਏ ਹੈਗਾ ਭਾਈ ਜੀ। ਤੁਹਾਨੂੰ ਨੌਕਰੀਆਂ ਮਿਲੀਆਂ, ਤੁਹਾਨੂੰ ਨੌਕਰੀਆਂ ਮਿਲੀਆਂ, ਇੱਕ ਰੁਪਈਆ ਲੱਗਿਆ ਕਿਸੇ ਦਾ ਨਾ ਇੱਕ ਰੁਪਈਆ ਲਾ, ਕੋਈ 43,000 ਨੌਕਰੀਆਂ ਦਿੱਤੀਆਂ ਨੇ, ਇੱਕ ਆ ਕੁੜੀਆਂ ਖੜੀਆਂ ਨੇ, ਆ ਦੇਖ ਲਓ ਆ ਕੁੜੀਆਂ ਖੜੀਆਂ, ਇੱਕ ਰੁਪਈਆ ਲੱਗਿਆ ਹੋਵੇ ਬਈ ਤੁਹਾਡੀਆਂ ਨੌਕਰੀਆਂ ਨੇ ਤੁਹਾਨੂੰ ਦੇਣੀਆਂ ਨੇ। ਪਰ ਪੰਗਾ ਇਹ ਪੈ ਗਿਆ ਨਾ ਉਹਨਾਂ ਨੂੰ ਕਿ ਆਮ ਘਰ ਦਾ ਮੁੰਡਾ ਮੁੱਖ ਮੰਤਰੀ ਕਿਉਂ ਬਣ ਗਿਆ। ਆਹੀ ਪੰਗਾ ਉਹਨਾਂ ਨੂੰ, ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹਨੇ ਆਪ ਤਾਂ ਖਾਣੇ ਨੀ, ਸਾਡੇ ਰਹਿਣ ਨੀ ਦੇਣੇ, ਇਸ ਕਰਕੇ ਇਕੱਠੇ ਹੋ ਕੇ ਇਹਨੂੰ ਲਾਹੀਏ ਕਿਵੇਂ ਨਾ ਕਿਵੇਂ। ਮੈਂ ਕਿਹਾ ਜਿੰਨਾ ਚਿਰ ਮੇਰੇ ਨਾਲ ਲੋਕ ਨੇ ਮੈਨੂੰ ਕੋਈ ਖਤਰ ਵਿਚਾਰ ਕੱਢੀ ਜਾਊਗਾ। ਆ ਜਿਹੜੇ ਫੁੱਲ ਨੇ ਨਾ, ਇਹ ਕੋਈ ਪੁਰਾਣੇ ਜਨਮ ਦੇ ਪੁੰਨ ਨੇ ਜਿਹੜੇ ਪੈ ਰਹੇ ਨੇ, ਇਹਨਾਂ ਨੂੰ ਬੁਲਾ ਕੇ ਦਿਖਾਓ। ਕਾਂਗਰਸੀਆਂ ਨੇ ਇੰਨਾ ਇਕੱਠ ਕਰਨਾ ਹੋਵੇ, ਭਾਜਪਾ ਨੇ ਇੰਨਾ ਇਕੱਠ ਕਰਨਾ ਹੋਵੇ, 2 ਲੱਖ ਦੀਆਂ ਜਲੇਬੀਆਂ ਲੱਗਦੀਆਂ, ਬਾਕੀ ਸਮਾਨ ਬਾਅਦ ਚ। ਇੱਥੇ ਲੋਕ ਹੱਥ ਲਾਉਣ ਨੂੰ ਤਰਸੀ ਜਾਂਦੇ, ਇਦੂ ਵੱਧ ਹੋਰ ਮੈਂ ਕੀ ਚਾਹੁੰਦਾ ਜੀ। ਇਦੂ ਵੱਡਾ ਮੇਰੇ ਕੋਲੇ ਕੋਈ ਖਜ਼ਾਨਾ ਆਜੂਗਾ? ਪਬਲਿਕ ਦੇ ਰੂਪ ਚ ਇੰਨਾ ਖਜ਼ਾਨਾ ਆ ਗਿਆ, ਮੈਂ ਪੈਸੇ ਕੀ ਕਰਨੇ ਨੇ ਜੀ? ਉਹੀ 2 ਰੋਟੀਆਂ ਖਾਣੀਆਂ ਨੇ, ਉਨੀ ਕੁ ਜਗ੍ਹਾ ਤੇ ਸੌਣਾ। ਪਰ ਹਾਂ, ਇੰਨਾ ਕੁ ਮੈਂ ਕਹਿ ਦਿੰਦਾ, ਇਹ ਗੱਲ ਸਮਝ ਲੈਣ, ਇਹਨਾਂ ਦੇ ਜਿਹੜੇ ਕਮਾਏ ਹੋਏ ਨੇ ਪਹਾੜਾਂ ਪਹੂੜਾਂ ਚ, ਜੇ ਮਹਿਲ ਮੂਹਲ ਚ ਬਣਾਏ ਹੋਏ ਨੇ, ਉਹ ਸਾਰੇ ਕੱਢੂਗਾ, ਉਹ ਕੱਢ ਕੇ ਲੋਕਾਂ ਦੇ ਪਾਸੇ। ਤਾਂਹੀਓ ਸਾਰੇ ਇਕੱਠੇ ਨੇ, ਆਪਸ ਚ ਇਕੱਠੇ ਨੇ, ਬੀਜੇਪੀ ਤੇ ਕਾਂਗਰਸ ਇਕੱਠੇ ਹੋ ਕੇ ਲੜ ਰਹੀ ਹੈ। ਕਹਿੰਦੇ ਕੀ ਕਰਨਾ ਹੈ, ਕਿਵੇਂ ਕਰਨਾ ਹੈ? ਉਹ ਕਹਿੰਦੇ ਇਹ ਤਾਂ ਹਟਦਾ ਨੀ, ਇਹ ਤਾਂ ਫੇਰ ਆ ਗਿਆ ਮਹਿੰਦਰ ਭਗਤ ਨੂੰ ਲੈ ਕੇ। ਔਰ ਭਗਤ ਪਰਿਵਾਰ ਹੈ, ਸੱਚੀ ਮੁੱਚੀ ਭਗਤ ਪਰਿਵਾਰ ਹੈ। ਸੋ 10 ਤਰੀਕ ਨੂੰ ਝਾੜੂ ਵਾਲਾ ਬਟਨ ਦੱਬ ਦਿਓ, 10 ਤਰੀਕ ਨੂੰ। ਉਦੋਂ ਕਹਾਂ ਦੇਖੋ, ਵਾਅਦੇ ਜਿਹੜੇ ਹੁੰਦੇ ਨੇ ਨਾ, ਜਿਹੜੇ ਮੈਨੀਫੈਸਟੋ ਚ ਕਰਦੇ ਆ, ਉਹ 5 ਸਾਲ ਵਾਸਤੇ ਹੁੰਦੇ ਨੇ ਕਿ 5 ਸਾਲਾਂ ਚ ਅਸੀਂ ਆਹ ਕਰ ਦਾਂਗੇ। ਮੈਂ ਉਹ ਗਰੰਟੀਆਂ ਪੂਰੀਆਂ ਕਰਤੀਆਂ ਜਿਹੜੀਆਂ ਮੈਂ ਦਿੱਤੀਆਂ ਵੀ ਨਹੀਂ ਸੀ।
16 ਟੋਲ ਪਲਾਜ਼ੇ ਬੰਦ ਕਰਤੇ, 60 ਲੱਖ ਰੁਪਇਆ ਇੱਕ ਦਿਨ ਦਾ ਲੋਕਾਂ ਦਾ ਬਚਦਾ। ਟੋਲ ਪਲਾਜ਼ੇ ਲਾਏ ਕਿਹਨੇ ਸੀ? ਪ੍ਰਤਾਪ ਸਿੰਘ ਬਾਜਵੇ ਨੇ। ਉਹ ਅੱਜ ਵੋਟਾਂ ਮੰਗਣਾ ਆ ਰਿਹਾ, ਉਹ ਸੈਂਟਰ ਦਾ, ਉਹ ਵੀ ਹੋ ਜੂਗਾ ਸੈਂਟਰ ਦਾ। ਜਿਹੜੇ ਸਟੇਟ ਲੈਵਲ ਦੇ ਜਿਨ੍ਹਾਂ ਨੇ ਆਪਣੇ ਐਗਰੀਮੈਂਟ ਬ੍ਰੀਚ ਕਰਤੇ, ਉਹ ਸਾਰੇ ਬੰਦ ਕਰ, 16 ਕਰਤੇ। ਸੋ ਇਸ ਕਰਕੇ ਅੱਛਾ, ਵਿਧਾਇਕਾਂ ਦੀ ਪੈਨਸ਼ਨ ਘਟਾਈ ਮੈਂ, ਹਰੇਕ ਵਾਰੀ ਚੁਣੇ ਜਾਂਦੇ ਨੇ ਨਵੀਂ ਪੈਨਸ਼ਨ, ਮਤਲਬ ਜੇ 5 ਵਾਰੀ ਚੁਣੇ ਗਏ ਤਾਂ ਤੁਹਾਡੀ ਘੱਟੋ ਘੱਟ 3.5 ਲੱਖ ਰੁਪਇਆ ਪੈਨਸ਼ਨ, 50,000 60,000 ਰੁਪਇਆ ਇੱਕ ਵਾਰੀ ਦਾ। ਕਿਉਂ ਬਈ, ਮੁਲਾਜ਼ਮਾਂ ਨੂੰ ਤਾਂ ਇੱਕ ਪੈਨਸ਼ਨ ਮਿਲਦੀ ਹੈ 40 ਸਾਲ ਨੌਕਰੀ ਕਰਕੇ, ਤੇ ਤੁਸੀਂ 2 ਸਾਲ MLA ਰਹਿ ਗਏ ਤੇ 70,000, ਫਿਰ ਅਗਲੀ ਵਾਰ ਰਹਿ ਗਏ ਤਾਂ ਫਿਰ 70,000 ਹੋਰ, ਫਿਰ ਅਗਲੀ ਵਾਰ ਰਹਿ ਗਏ। ਮੈਂ ਕਿਹਾ ਇੱਕ ਲੈਣੀ ਹੈ, ਲਓ ਨਹੀਂ ਜਾਓ। ਕਹਿੰਦੇ ਠੀਕ ਹੈ ਜੀ, ਧੰਨਵਾਦ। ਬਿਜਲੀ 600 ਯੂਨਿਟ ਫ੍ਰੀ ਆਉਂਦੀ ਹੈ, ਨੌਕਰੀਆਂ ਮਿਲ ਰਹੀਆਂ ਨੇ, ਪੜ੍ਹੋ, ਬੱਚਿਆਂ ਨੂੰ ਕਹੋ ਪੜ੍ਹੋ, ਨੰਬਰ ਲਓ, ਨੌਕਰੀ ਦੀ ਅਰਜੀ ਤੁਹਾਡੇ ਘਰੇ, ਤੁਹਾਡੇ ਐਪਲੀਕੇਸ਼ਨ, ਤੁਹਾਡੇ ਚਿੱਠੀ ਘਰੇ ਆਊਗੀ, ਭਾਈ ਤੂੰ SDO ਲੱਗ ਗਿਆ, ਭਾਈ ਤੂੰ ਪਟਵਾਰੀ ਲੱਗ ਗਿਆ, ਚਲਾ ਜਾਵਾ। ਕੋਈ ਪੈਸਾ ਨਹੀਂ ਲੱਗਦਾ। ਹਾਂਜੀ, ਕੁੜੀਆਂ ਪਟਵਾਰੀ ਲੱਗੀਆਂ, ਜੱਜ ਲੱਗੀਆਂ ਸਾਡੀਆਂ ਧੀਆਂ। ਇਹਨਾਂ ਤੇ ਕੋਈ ਯਕੀਨ ਨਾ ਕਰਿਓ, ਇਹ ਆਉਣਗੇ ਤੁਹਾਡੇ ਕੋਲੇ, ਕੋਈ ਫਾਇਦਾ ਨਹੀਂ। ਜੇ ਜਿੱਤ ਵੀ ਜਾਣਗੇ ਕੀ ਕਰ ਲੈਣਗੇ? ਕੰਮ ਤਾਂ ਮੈਂ ਕਰਨੇ ਨੇ, ਸਰਕਾਰ ਤਾਂ ਆਪਣੇ ਕੋਲੇ ਆ 2.5-3 ਸਾਲ, ਤੇ ਅਗਲੇ 5 ਸਾਲ ਵੀ ਆਪਣੇ ਕੋਲੇ ਹੀ ਹੈ। ਹਾਂ, ਜਿੱਤਣੇ ਨਹੀਂ ਦੇਣੇ। ਸੋ ਇਕੱਠੇ ਹੋ, ਏਕਾ ਰੱਖੋ, 5ਵੇਂ ਨੰਬਰ ਤੇ ਬਟਣਾ ਹੈ, ਪਰ ਆਉਣਾ ਪਹਿਲੇ ਨੰਬਰ ਤੇ ਹੈ, ਮਸ਼ੀਨ ਚ 5ਵੇਂ ਨੰਬਰ ਤੇ ਹੈ, ਆਉਣਾ ਪਹਿਲੇ ਨੰਬਰ ਤੇ। ਸੋ ਇਸ ਕਰਕੇ ਪਹਿਲਾਂ ਵਾਲਾ ਰਿਜ਼ਲਟ ਦਿਓ, ਇਹਨਾਂ ਦੋਨਾਂ ਨੂੰ ਵਿਹਲੇ ਕਰੋ। ਇਹ ਕਹਿਣਾ ਅਸਲ ਚ ਨਾ, ਅੱਜ ਸਾਡੇ ਵਾਲੀ ਪਾਰਟੀ ਇਮਾਨਦਾਰ ਹੈ, ਅਸੀਂ ਖਾਣ ਨਹੀਂ ਦਿੰਦੇ ਪੈਸੇ। ਅਸੀਂ ਉਹਨਾਂ ਨੂੰ ਕਿਹਾ ਵੀ ਤੂੰ ਇਹ ਨਹੀਂ ਕਰ ਸਕਦਾ, ਕਹਿੰਦੇ ਫਿਰ ਮੈਂ ਦੇ ਦੇਣਾ। ਅਸੀਂ ਕਿਹਾ ਫਿਰ ਦੁਬਾਰੇ ਲੜ ਕੇ ਦੇਖ ਲਾ, ਦੁਬਾਰੇ ਇਲੈਕਸ਼ਨ ਲੜ ਕੇ ਦੇਖ ਲਾ, ਤੈਨੂੰ ਲੱਗ ਜੂਗਾ ਪਤਾ ਚਾਂਦੀ ਕਿਹੜੇ ਭਾਅ ਵਿਕਦੀ ਹੈ, ਤੂੰ ਜਿੱਤਿਆ ਸੀ ਜਾਂ ਪਾਰਟੀ ਜਿੱਤੀ ਸੀ। ਦੁਬਾਰੇ ਲੜ ਕੇ ਦੇਖ, ਪਾਰਟੀ ਜਿੱਤੀ। ਆ ਖੜੀਆਂ ਮਾਮਾ ਭੈਣਾਂ। ਸੋ ਵੀਰੋ, ਇਹਨਾਂ ਤੇ ਕੋਈ ਯਕੀਨ ਨਾ ਕਰੋ, ਪ੍ਰੈਸ ਕਾਨਫਰੰਸ ਕਰਨ ਬਹਿ ਜਾਂਦੇ ਆ, ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਆ, ਤਰਕੀ ਕੱਢੀ ਜਾਣ, ਮੈਨੂੰ ਕੋਈ ਫਰਕ ਨਹੀਂ ਪੈਂਦਾ ਜਿੰਨੇ ਚਿਰ ਤੁਸੀਂ ਨਾਲ ਹੋ। ਔਰ ਗਾਲਾਂ ਉਹ ਕੱਢਦੇ ਆ ਜਿਨ੍ਹਾਂ ਦਾ ਕੰਮ ਨਹੀਂ ਬਣਿਆ, ਜਿਹੜੇ ਮੁੱਖ ਮੰਤਰੀ ਵਾਲੀਆਂ ਪਜਾਮੀਆਂ ਸਮਾ ਬੈਠੇ ਸੀ ਪਰ ਅਹੀਂ ਰਹਿ ਗਈ, ਉਹ ਕੱਢਦੇ, ਉਹ ਰਾਤ ਦੇ 11 ਵਜੇ ਤੱਕ ਕੰਮ ਨਹੀਂ ਕਰ ਸਕਦੇ। ਮੈਂ ਰਾਤ ਦੇ 11 ਵਜੇ ਤੱਕ ਲੋਕਾਂ ਚ ਹੁੰਦਾ, ਰਾਤ ਦੇ 11 ਵਜੇ ਤੱਕ। ਉਹ ਨਹੀਂ, ਉਹ ਤਾਂ ਕਹਿੰਦੇ ਟੈਂਪਰੇਚਰ ਪੁੱਛ ਕੇ ਬਾਹਰ ਜਾਂਦੇ ਆ, ਹਾਉ ਮਚ ਇਜ਼ ਦਾ ਟੈਂਪਰੇਚਰ ਸਰ, 39°, ਓ ਮਾਈ ਗੋਡ, ਟੂ ਹੌਟ। ਦੱਸਿਓ ਜਦੋਂ 30 ਡਿਗਰੀ ਹੋ ਗਿਆ, ਚੱਲਾਂਗੇ ਪੰਜਾਬ ਬਚਾਉਣ, ਜਲੰਧਰ ਬਚਾਉਣ ਚੱਲਾਂਗੇ। 30 ਡਿਗਰੀ ਟੈਂਪਰੇਚਰ ਪੁੱਛ ਕੇ ਜਾਂਦੇ ਆ, ਉਹਨੇ ਜਿਸ ਚ ਮੈਂ ਅੱਧਾ ਹਲਕਾ ਕੱਢ ਦੇਣਾ, ਭਾਰਗੋ ਕੈਂਪ, ਬਸਤੀ 6, ਬਸਤੀ ਦਾਨਿਸ਼ ਬੰਦਾ, 23 ਨੰਬਰ ਬਾਰ, 21 ਨੰਬਰ ਬਾਰ, ਮੈਂ ਰੋਜ਼ ਅਤਾਰ ਨਗਰ, ਸੰਤ ਕਬੀਰ ਨਗਰ, ਅਤਾਰ ਨਗਰ, ਮਾਡਲ ਹਾਊਸ,
ਕਸ਼ੋਰੀ ਮਹੱਲਾ, ਮੈਂ ਸਾਰੇ ਜਾਣਦੇ, ਮੈਂ ਨਿਕਲੇ ਹੀ ਮਹੱਲਿਆਂ ਚੋਂ ਹਾਂ। ਇਹਨੂੰ ਕੀ ਪਤਾ ਮਹੱਲੇ ਕੀ ਹੁੰਦੇ ਨੇ, ਡੇਢ ਡੇਢ ਕਰੋੜ ਦੀਆਂ ਗੱਡੀਆਂ ਨਹੀਂ ਫਿਰਦੇ ਨੇ, ਇਹ ਗੱਡੀ ਚ ਵੀ ਸੌਂਦੇ ਨੇ। ਗੱਡੀ ਇਹੋ ਜਿਹੀ ਨੀ ਚਾਹੀਦੀ ਵੀ ਸੀਟ ਤੇ ਬਹਿ ਜਾ, ਨਾ ਨਾ ਨਾ, ਗੱਡੀ ਦੇ ਵਿੱਚ ਵੀ ਬੈੱਡ ਬਣੇ, ਇੰਨਾ ਆਰਾਮ ਚਾਹੀਦਾ। ਅਸੀਂ ਕੰਮ ਕਿਹੜਾ ਕਰਦੇ ਹੋ ਵੀ ਇੰਨਾ ਆਰਾਮ ਚਾਹੀਦਾ। ਸੋ ਇਸ ਕਰਕੇ ਤੁਹਾਡੇ ਕੋਲ ਆਇਆ। ਇਸ ਵਾਰ 10 ਤਰੀਕ ਨੂੰ ਵੋਟਾਂ ਪੈਣਗੀਆਂ, 13 ਨੂੰ ਰਿਜ਼ਲਟ ਆਊਗਾ। ਬਸ ਜਿੱਥੇ ਜਿੱਥੇ ਵੀ ਹੈਗੇ ਹੋ ਆਪਣੇ ਦੋਸਤਾਂ ਮਿੱਤਰਾਂ ਨੂੰ, ਸਾਰੇ ਗੁਆਂਢੀਆਂ ਨੂੰ, ਸਾਰਿਆਂ ਨੂੰ ਦੱਸ ਦਿਓ।